ਅਸਲਾਮ ਅਲੈਕੁਮ ਜੀ ਜਨਾਬ ਰਾਣਾ ਸਾਹਿਬ ਕੀ ਹਾਲ ਹੈ ਜੀ? ਅੱਲਾ ਦਾ ਸ਼ੁਕਰ ਹੈ ਜੀ, ਤਬੀਅਤ ਸੇ ਠੀਕ ਹੈ ਜੀ ਮਾਸ਼ਾਅੱਲਾ। ਅੱਛਾ ਉਹ ਤੁਹਾਡੇ ਕੋਲ ਅਸੀਂ ਵੀਡੀਓ ਬਣਾ ਕੇ ਲੈ ਕੇ ਗਏ ਸੀ ਫਾਲਸੇ ਦੇ ਬਾਗ ਦੀ, ਤੋ ਦੋਸਤਾਂ ਨੇ ਫੋਨ ਕੀਤੇ, ਰਾਬਤੇ ਕੀਤੇ, ਉਹਨਾਂ ਨੇ ਕਿਹਾ ਜੀ ਕਿ ਸਾਨੂੰ ਇਹ ਦੱਸੋ ਕਿ ਇਹਦਾ ਬੀਜ ਕਿੱਥੋਂ ਮਿਲੇਗਾ ਜਾਂ ਇਹਦਾ ਪੌਦਾ ਕਿੱਥੋਂ ਮਿਲੇਗਾ। ਤੋ ਫਿਰ ਦੁਬਾਰਾ ਤੁਹਾਨੂੰ ਜ਼ਹਿਮਤ ਦਿੱਤੀ ਤੇ ਇਹ ਦੱਸੋ ਕਿ ਤੁਸੀਂ ਇਹ ਫਾਲਸੇ ਦੀ ਪਨੀਰੀ ਵੀ ਲਾਈ? ਪਨੀਰੀ ਹੈ ਜੀ। ਅੱਛਾ, ਹਾਂਜੀ, ਇਹ ਸਾਰੀ ਪਨੀਰੀ? ਹਾਂ, ਇਹ ਇਸੇ ਸੀਜ਼ਨ ਦੀ ਹੈ। ਸਹੀ ਹੈ। ਇਹ ਜਿਹੜੀ ਪਨੀਰੀ ਹੈ ਇਹਦਾ ਤੁਸੀਂ ਮਤਲਬ ਬੀਜ ਲਾਇਆ? ਬੀਜ ਲਾਇਆ ਜੀ, ਫਾਲਸਾ ਜਿਵੇਂ ਆਪਾਂ ਖਾਂਦੇ ਹਾਂ। ਹਾਂਜੀ ਹਾਂਜੀ, ਉਹਦੇ ਚੋਂ ਜਿਹੜੀ ਗਿਟਕ ਨਿਕਲਦੀ ਹੈ। ਸਹੀ ਹੈ, ਉਹਦਾ ਹੀ ਅਸੀਂ ਇਹ। ਵੈਸੇ ਉਹ ਆਪਣਾ ਫਾਲਸਾ ਤੁਸੀਂ ਮਾਰਕੀਟ ਚੋਂ ਲੈ ਕੇ ਤੇ ਉਹ ਲਾਇਆ ਹੀ ਹੈ? ਵੈਸੇ ਤੇ ਬੀਜ ਅਲੱਗ ਵੀ ਮਿਲਦਾ? ਨਹੀਂ ਜੀ, ਇਹਦਾ ਸਪੈਸ਼ਲ, ਇਹਨਾਂ 'ਚ ਵੀ ਕਿਸਮਾਂ ਨੇ ਨਾ। ਹਾਂਜੀ, ਕੋਈ ਨਰ ਵੀ ਹੁੰਦਾ ਹੈ ਕਿ ਮਾਦੀ ਵੀ ਹੁੰਦੀ ਹੈ। ਅੱਛਾ, ਇਹ ਬੀਜ ਅਸੀਂ ਕਿਸੇ ਸਪੈਸ਼ਲ ਫਾਲਸੇ ਜਿਹੜੇ ਲੈਂਦੇ ਨੇ ਅੱਗੇ ਲੋਕਾਂ ਕੋਲੋਂ ਠੇਕੇ ਤੇ, ਉਹਨਾਂ ਨੇ ਸਾਨੂੰ ਇਹ ਬੀਜ। ਅੱਛਾ, ਤੇ ਇਹ ਜਿਹੜਾ ਬੀਜ ਤੋਂ ਇਲਾਵਾ ਇਹਦਾ ਕਲਮ ਵੀ ਲੱਗ ਜਾਂਦੀ? ਕਲਮ ਵੀ ਲੱਗਦੀ ਹੈ ਜੀ, ਕਲਮ ਜ਼ਰਾ ਲੇਟ ਹੁੰਦੀ ਹੈ। ਬੀਜ ਸਹੀ ਹੋ, ਬੀਜ ਫਰੈਸ਼ ਹੈ। ਬੜਾ ਮਫੀਦ ਕਾਰੋਬਾਰ ਹੈ। ਅਗਰ ਇੱਕ ਮਰਲੇ ਦੇ ਅੰਦਰ ਇੱਕ ਬੰਦਾ ਲਾ ਰਿਹਾ ਇੱਕ ਮਿਸਾਲ, ਮਰਲੇ ਦੇ ਵਿੱਚ ਕਿੰਨਾ ਪੌਦਾ ਇਹਦਾ ਲੱਗ ਸਕਦਾ? ਪੌਦਾ ਜੀ ਮਰਲੇ ਦੇ ਵਿੱਚ ਅੰਦਾਜ਼ਾ ਕਿਤਨਾ ਨਿਕਲਿਆ? ਬੀਜ ਹੈ। ਹਾਂਜੀ, ਤੁਸੀਂ 2 ਕਿਲੋ ਵੀ ਲਾ ਸਕਦੇ ਹੋ, ਸੁੱਟ ਸਕਦੇ ਹੋ ਜੀ, ਕਿਉਂਕਿ ਇਹਦੀ ਪਟਾਈ ਵੀ ਤੇ ਹੋਣੀ ਹੈ ਜੀ। ਜੀ ਜੀ, ਅਗਰ ਇਹ ਹੁਣ ਸਾਡੇ ਕੋਲ ਜਿਹੜਾ ਹੈ ਮੇਰੇ ਖਿਆਲ ਤਕਰੀਬਨ ਕਿਲੋ ਡੇਢ ਹੀ ਹੈ। ਕਿਲੋ ਡੇਢ ਦਾ ਜਿਹੜਾ ਅਸੀਂ ਅਲੱਗ ਆ ਤੁਹਾਡੇ ਕੋਲ। 1 ਕਿਲੋ ਕਿਤਨੇ ਦਾ ਅੰਦਾਜ਼ਾ? 80 ਤਾਂ ਫਾਲਸਾ ਲਿਆ ਜੀ, ਜਿਵੇਂ ਆਪਾਂ ਮੁੱਲ ਲੈ ਕੇ ਖਾਂਦੇ ਆ ਉਵੇਂ ਫਾਲਸੇ ਦਾ ਵੀ ਇਹ ਗੱਠਾਂ ਦੇ ਹਿਸਾਬ ਹੁੰਦੀ ਉਹ ਟੋਕਰੇ। ਯਾਨੀ ਕਿ ਅਗਰ ਤੁਸੀਂ ਇਹ ਵੇਖੋ ਕਿ 2000 ਪੌਦਾ ਵੀ ਮਰਲੇ ਚੋਂ ਨਿਕਲਿਆ ਹੈ। ਹਾਂਜੀ, ਜ਼ਿਆਦਾ ਤਕਰੀਬਨ ਜ਼ਿਆਦਾ ਨਿਕਲਿਆ ਹੈ। ਹਾਂ, 2000 ਪੌਦਾ ਨਿਕਲਿਆ ਵੇ, 10 ਰੁਪਏ ਤੁਸੀਂ ਦੇ ਰਹੇ ਹੋ। ਤੁਸੀਂ ਲਾ ਲਓ ਜੀ, ਇੱਕ ਟੋਕਰੀ ਅਸੀਂ ਲਈਏ ਨਾ ਜੀ ਜੀ, ਤੁਸੀਂ ਉਹਨੂੰ ਟੋਕਰੀ ਨੂੰ ਤਕਰੀਬਨ 5 ਮਰਲੇ ਚ ਲਾ ਸਕਦੇ। 5 ਮਰਲੇ ਚ, ਜਿਹਨੂੰ ਡੱਲ ਕਹਿੰਦੇ ਨੇ ਜੱਟ ਲੋਕ, ਡੱਲ ਕਹਿੰਦੇ ਆ ਜੀ ਜੀ, ਉਹਦੇ ਵਿੱਚ ਉਹਦਾ ਜਿਹੜਾ ਨਾ ਤੁਸੀਂ ਬੀਜਾ ਬਣਾ ਕੇ 10 ਮਰਲਿਆਂ ਚ ਲਾ ਲਓ ਤੇ ਉਹ ਮੇਰੇ ਖਿਆਲ ਡੱਲ ਦਿੰਦੇ ਨੇ 1500 ਦੀ ਵੀ, 1200 ਦੀ ਵੀ, 1000 ਰੁਪਏ ਦੀ ਵੀ। ਉਹ ਕਿਉਂਕਿ ਜਿਹੜਾ ਵਿੱਚ ਲੇਟ ਹੋ ਜਾਂਦਾ ਪੱਕ ਜਾਂਦਾ ਉਹਨੂੰ ਫਿਰ ਉਹ ਅਲੈਦਾ ਕਰ ਲੈਂਦੇ ਨੇ ਬੀਜੇ ਵਾਸਤੇ। ਸਹੀ, ਇਹ ਆਪਣਾ ਤੁਸੀਂ 10 ਰੁਪਏ ਦਾ ਫੀ ਪੌਦਾ ਤੁਸੀਂ ਦਿਓਗੇ ਇੱਥੇ ਕੋਈ ਵੀ ਬੰਦਾ ਆ ਕੇ? ਕੋਈ ਆ, ਕੋਈ ਐ ਨਹੀਂ ਵੇ, ਕੋਈ ਆਵੇ। ਸਹੀ ਹੋ ਗਿਆ, ਤੇ ਇਹ ਆਪਣਾ ਨੰਬਰ ਨੋਟ ਕਰਾ ਦਿਓ। ਹਾਂਜੀ, 0300 786 0173। ਠੀਕ ਹੋ ਗਿਆ ਜੀ। ਠੀਕ ਹੈ ਦੋਸਤੋ, ਅਗਰ ਕਿਸੇ ਦੋਸਤ ਨੇ ਵੀ ਫਾਲਸੇ ਦਾ ਰਹਿਮਾਨ ਨਰਸਰੀ ਹੈ ਜੀ, ਰਹਿਮਾਨ ਨਰਸਰੀ ਤੇ ਇੱਥੇ ਤੁਸੀਂ ਜੰਗਲ ਮੜਿਆਲਾ, ਜੰਗਲ ਮੜਿਆਲਾ ਬਰਸਤਾ ਆਪਣਾ ਬੁਦਲਾ, ਬੁਦਲਾ ਜੀ ਜੀ। ਕੋਈ ਵੀ ਦੋਸਤ ਅਗਰ ਆਪਣਾ ਲੈਣਾ ਚਾਹੁੰਦਾ ਪੌਦਾ, ਆਪਣਾ ਬਾਗ ਲਾਉਣਾ ਚਾਹੁੰਦਾ, ਕੋਈ ਮਸ਼ਵਰਾ ਕਰਨਾ ਚਾਹੁੰਦਾ ਇਸ ਹਵਾਲੇ ਨਾਲ, ਤੁਸੀਂ ਰਾਬਤਾ ਕਰੋ। ਕਾਰੋਬਾਰ 1 ਮਹੀਨੇ ਦਾ ਕਾਰੋਬਾਰ ਹੈ ਜੀ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।